ਪੰਜਾਬ ਦੀਆਂ ਮੰਡੀਆਂ ਵਿੱਚ ਦਿਵਾਲੀ ਵਾਲੇ ਦਿਨਾਂ ਦੌਰਾਨ ਝੋਨੇ ਦੀ ਆਮਤ ਤੇ ਖਰੀਦ ਵਿੱਚ ਅਚਨਚੇਤ ਹੋਏ ਵਾਅਦੇ ਨੇ ਪਿਛਲੇ ਕਈ ਸਾਲਾਂ ਤੋਂ ਚੱਲਦੇ ਆ ਰਹੇ ਘੁਟਾਲੇ ਦੀਆਂ ਪਰਤਾਂ ਖੋਲ੍ਹ ਦਿੱਤੀਆਂ ਨੇ ਵਿਜੀਲੈਂਸ ਦੀ ਰਿਪੋਰਟ ਦੇ ਵਿੱਚ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ ਇਸ ਮਾਮਲੇ ਦੇ ਵਿੱਚ ਖੁਰਾਕ ਤੇ ਸਪਲਾਈ ਵਿਭਾਗ ਖਰੀਦ ਏਜੰਸੀਆਂ ਮਾਰਕੀਟ ਕਮੇਟੀਆਂ ਆੜਤੀਆਂ ਤੇ ਸ਼ੈਲਰ ਮਾਲਕਾਂ ਸਮੇਤ ਹੋਰ ਕਈਆਂ ਤੇ ਸ਼ੱਕ ਦੀ ਸੂਈ ਘੁੰਮ ਰਹੀ ਹੈ ਪੰਜਾਬ ਦੀਆਂ ਮੰਡੀਆਂ 'ਚ ਝੋਨੇ ਦੀ ਫਸਲ ਬਾਹਰਲੇ ਸੂਬਿਆਂ ਤੋਂ ਆਉਣ ਦੀ ਸੰਭਾਵਨਾ ਜਤਾਈ ਗਈ ਹੈ ਵਿਜੀਲੈਂਸ ਬਿਊਰੋ ਦੀ ਮੁੱਢਲੀ ਰਿਪੋਰਟ ਦੇ ਵਿੱਚ ਸੂਬੇ ਦੀਆਂ 3 ਦਰਜਨ ਦੇ ਕਰੀਬ ਮੰਡੀਆਂ ਵਿੱਚ ਦਿਵਾਲੀ ਵਾਲੇ ਦਿਨਾਂ ਦੌਰਾਨ ਝੋਨੇ ਦੀ ਆਮਦ ਅਤੇ ਖਰੀਦ ਬਾਰੇ ਪੇਸ਼ਤਾ ਠਹਿਰਾ ਨਹੀਂ ਜਨਕ ਨੇ ਤੇ ਨਾ ਤੱਥਾਂ ਦੇ ਆਧਾਰ ਤੇ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਇਸ ਮਾਮਲੇ ਵਿੱਚ ਸ਼ਾਮਲ ਸਾਰੀਆਂ ਧਿਰਾਂ ਦੇ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਵਿਜੀਲੈਂਸ ਦੇ ਮੁਖੀ ਵਰਿੰਦਰ ਕੁਮਾਰ ਨੂੰ ਦਿਵਾਲੀ ਤੋਂ ਅਗਲੇ ਹੀ ਦਿਨ ਇੱਕ ਚਿੱਠੀ ਲਿਖ ਕੇ ਦਿਵਾਲੀ ਵਾਲੇ ਦਿਨਾਂ ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਅਣਕਿਆਸੀ ਆਮਦ ਦੀ ਜਾਂਚ ਕਰਨ ਲਈ ਕਿਹਾ ਸੀ ਵਿਜੀਲੈਂਸ ਦੀ ਮੁਢਲੀ ਜਾਂਚ ਵਿੱਚ ਇਹ ਵੀ ਤੱਥ ਸਾਹਮਣੇ ਆਏ ਨੇ ਕਿ ਪੰਜਾਬ ਦੀਆਂ ਜਿੰਨਾਂ ਮੰਡੀਆਂ ਵਿੱਚ ਆਮ ਤੌਰ ਤੇ ਕਾਂਗਰਸ ਦਾ ਕਾਲੀ ਦਲ ਦੀ ਹਕੂਮਤ ਦੌਰਾਨ ਝੋਨੇ ਦੀ ਆਮਦ ਦੇ ਸ਼ੱਕੀ ਅੰਕੜੇ ਸਾਹਮਣੇ ਆਈ ਗਈ ਹੈ ਖਾਸ ਤੌਰ ਤੇ ਦਾਖਾ ਤੇ ਜਗਰਾਉਂ ਇਲਾਕੇ ਚ ਪੈਂਦੀਆਂ ਦਿਹਾਤੀ ਮੰਡੀਆਂ ਦੇ ਵਿੱਚ ਝੋਨੇ ਦੀ ਜਿਹੜੀ ਐਤਕੀ ਆਮਦ ਹੋਈ ਹੈ ਉਸ ਨੇ ਵਿਜੀਲੈਂਸ ਦੀਆਂ ਅੱਖਾਂ ਖੋਲ ਦਿੱਤੀਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਸਿਧਵਾ ਬੇਟ ਇਲਾਕੇ ਚ ਪੈਂਦੇ ਪਿੰਡ ਲੋਧੀਵਾਲ ਦੇ ਵਿੱਚ 14 ਅਕਤੂਬਰ ਤੋਂ ਲੈ ਕੇ 10 ਨਵੰਬਰ ਤੱਕ ਉਸਤਨ 300 ਬੋਰੀ ਪ੍ਰਤੀ ਦਿਨ ਵੇਚਣ ਲਈ ਆਉਂਦੀ ਸੀ ਪਰ 11 ਨਵੰਬਰ ਨੂੰ ਇੱਕੇ ਦਿਨ 1118963 ਬੋਰੀਆਂ ਖਰੀਦੀਆਂ ਗਈਆਂ ਇਸੇ ਤਰ੍ਹਾਂ ਝੋੜੜਾਂ ਦੀ ਮੰਡੀ ਦੇ ਵਿੱਚ 1600 ਬੋਰੀਆਂ ਦੀ ਆਮਦ ਬਾਰੇ ਵੀ ਸ਼ੰਕੇ ਖੜੇ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਲਹਿਰਾ ਵਿਧਾਨ ਸਭਾ ਹਲਕੇ ਦੀਆਂ ਦੋ ਮੰਡੀਆਂ ਮੂਨਕ ਤੇ ਲਹਿਰਾ ਦੇ ਵਿੱਚ 20 ਅਜਿਹੇ ਹੀ ਅੰਕੜੇ ਸਾਹਮਣੇ ਆਏ ਨੇ ਜ਼ਾਹਿਰ ਤੌਰ ਤੇ ਇੱਕ ਮੰਡੀ ਜਿੱਥੇ ਰੋਜ਼ਾਨਾ 300 ਬੋਰੀ ਆਉਂਦੀ ਹੈ ਉੱਥੇ ਇੱਕੇ ਦਿਨ 118983 ਬੋਰੀਆਂ ਆ ਜਾਣ ਤਾਂ ਸ਼ੱਕ ਹੀ ਨਹੀਂ ਸ਼ੱਕ ਦੀ ਵੱਡੀ ਸੂਈ ਖੜੀ ਹੋ ਜਾਂਦੀ ਹੈ ਤੇ ਜੇ ਇੱਥੇ ਵੱਡਾ ਘੁਟਾਲਾ ਹੋ ਰਿਹਾ ਹੈ ਤਾਂ ਇਸ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਇੰਨਾ ਝੂਨਾ ਕਿਧਰੋਂ ਆ ਗਿਆ ਤੇ ਇਹ ਕੋਈ ਅੱਜ ਤੋਂ ਚੱਲਦੀ ਆ ਰਹੀ ਗੱਲ ਨਹੀਂ ਇਹ ਪਿਛਲੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲ ਰਿਹਾ ਹੋਵੇਗਾ ਤੇ ਜੇ ਆਮ ਆਦਮੀ ਪਾਰਟੀ ਪੂਰੀ ਗੰਭੀਰਤਾ ਦੇ ਨਾਲ ਵਿਜੀਲੈਂਸ ਰਾਹੀਂ ਇਸ ਜਾਂਚ ਨੂੰ ਸਿਰੇ ਚਾੜੇਗੀ ਤਵਾਖ-ਵਖ ਵਿਭਾਗਾਂ ਦੇ ਵਿੱਚ ਕਈਆਂ ਦੇ ਪਰਦੇ ਫਾਸ਼ ਹੋਣਗੇ। ਮਹਾਦੇਵ ਬੈਟਿੰਗ ਐਪ ਕੇਸ ਦੀ ਤਾਰ ਹੁਣ ਪੰਜਾਬ ਦੇ ਨਾਲ ਵੀ ਜੁੜ ਗਏ ਨੇ। ਪੰਜਾਬ ਨਾਲ ਸਬੰਧਿਤ ਪੰਜ ਜਣਿਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਿਵੇਂ ਕਹਿ ਸਕਦੇ ਆ ਕਿ ਪੰਜ ਜਣਿਆਂ ਦੇ ਨਾਮ ਵੀ ਐਫਆਈਆਰ ਦੇ ਵਿੱਚ ਸ਼ਾਮਿਲ ਕੀਤੇ ਗਏ ਨੇ। ਇਹ ਕੇਸ 32 ਵੱਡੇ ਕਾਰੋਬਾਰੀਆਂ ਖਿਲਾਫ ਦਰਜ ਕੀਤਾ ਗਿਆ ਜੋ ਕਥਿਤ ਗੈਰ ਕਾਨੂੰਨੀ ਜੂਏਬਾਜ਼ੀ ਤੇ ਮੈਚ ਫਿਕਸਿੰਗ ਦਾ ਰੈਕਟ ਚਲਾ ਰਹੇ ਸਨ। ਇਹਦੇ ਨਾਲ ਖਿਡਾਰੀਆਂ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ 15000 ਕਰੋੜ ਦਾ ਨੁਕਸਾਨ ਹੋਇਆ। ਪੰਜਾਬ ਤੋਂ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਨੇ ਉਹਨਾਂ ਚਮਿਤ ਸ਼ਰਮਾ ਹੀਮੰਤ ਸੂਦਰਾ ਜੀ ਪਾਟਿਆ ਚੰਦਰ ਅਗਰਵਾਲ ਤੇ ਦਿਨੇਸ਼ ਖਾਨ ਵਤਨੇ ਇਹਨਾਂ ਦੇ ਦੁਬਈ ਤੋਂ ਇਲਾਵਾ ਪਟਿਆਲਾ ਜਲੰਧਰ ਅਮਰitsar ਤੇ ਲੁਧਿਆਣਾ ਦੇ ਵਿੱਚ ਕਈ ਐਡਰੈਸ ਨੇ ਪੰਜਾਬ ਵਿਜੀਲੈਂਸ ਬਿਊਰੋ ਨੇ ਪਿਛਲੇ ਸਾਲ ਹੀਮੰਤ ਸੂਦ ਦੇ ਵਿੱਤੀ ਲੈਂਡਿੰਗ ਸੰਬੰਧੀ ਇੱਕ ਰਿਪੋਰਟ ਵੀ ਤਿਆਰ ਕੀਤੀ ਸੀ ਤੇ ਇਸ ਦਾ ਨਾਮ ਮੁੰਬਈ ਪੁਲਿਸ ਵੱਲੋਂ 9 ਨਵੰਬਰ ਨੂੰ ਦਰਜ ਕੀਤੀ ਗਈ ਐਫ ਆਈ ਆਰ ਦੇ ਵਿੱਚ ਮੁਲਜ਼ਮ ਨੰਬਰ 17 ਵਜੋਂ ਦਰਜ ਹੈ ਐਫ ਆਈ ਆਰ ਮੁਤਾਬਕ ਮੁੰਬਈ ਤੋਂ ਸਮਾਜਿਕ ਕਾਰਕੁਨ ਪ੍ਰਕਾਸ਼ ਬਾਨਕਰ ਨੇ ਆਪਣੇ ਪੱਧਰ ਤੇ ਪੜਤਾਲ ਕੀਤੀ ਤੇ ਪਤਾ ਲਾਇਆ ਕਿ ਖਿਡਾਰੀ .com ਵੈਬ ਪੋਰਟਲ ਰਾਹੀਂ ਇੱਕ ਵੱਡੇ ਪੱਧਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਗੈਰ ਕਾਨੂੰਨੀ ਸੱਟੇਬਾਜ਼ੀ ਤੇ ਜੂਏਬਾਜ਼ੀ ਵਿੱਚ ਇਹ ਸ਼ਾਮਲ ਹੈ ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਆਨਲਾਈਨ ਸੱਟੇਬਾਜ਼ੀ ਐਕਸਚੇਂਜ ਦੱਸਿਆ ਜਾ ਰਿਹਾ ਹੈ। ਇਹ ਕੇਂਦਰ ਸਰਕਾਰ ਵੱਲੋਂ ਪਾਬੰਦੀਸ਼ਾ ਦਾ ਮਹਾਦੇਵ ਐਪ ਦੇ ਨਾਲ ਹੀ ਜੁੜੀ ਇੱਕ ਕੰਪਨੀ ਹੈ। ਕੇਸ ਦਾ ਮੁੱਖ ਮੋਲਜ਼ਮ ਰੋਹਿਤ ਕੁਮਾਰ ਮੁਰਗਈ ਦੇਸ਼ ਵਿਜਲੇ ਸਭ ਤੋਂ ਵੱਡੇ ਕ੍ਰਿਕਟ ਮੈਚ ਫਿਕਸ ਕਰਨ ਵਾਲਿਆਂ ਵਿੱਚੋਂ ਇੱਕ ਦੱਸਿਆ ਜਾ ਰਿਹਾ ਹੈ। ਤੇ ਖਿਲਾੜੀ ਬੁੱਕ ਕੋਈ ਆਜ਼ਾਦ ਕੰਪਨੀ ਨਹੀਂ ਹੈ ਬਲਕਿ ਵੱਡੇ ਪੱਧਰ ਤੇ ਇੱਕ ਦੂਜੇ ਨਾਲ ਜੁੜੇ ਹੋਏ ਪੋਟਲਾਂ ਦਾ ਹੀ ਨੈਟਵਰਕ ਹੈ। ਪ੍ਰਕਾਸ਼ ਬਾਨਕਰ ਨੇ ਦੋਸ਼ ਲਾਇਆ ਕਿ ਇਸ ਗਰੁੱਪ ਦੇ ਵਿੱਚ 100 ਵੱਖ-ਵੱਖ ਕੰਪਨੀਆਂ ਸ਼ਾਮਲ ਨੇ ਜੋ ਵੱਖੋ-ਵੱਖਰੇ ਨਾਵਾਂ ਹੇਠ ਕੰਮ ਕਰ ਰਹੀਆਂ ਨੇ ਧੋਖਾਧੜੀ ਵਿਧੀਆਂ ਨੂੰ ਇਹ ਅੰਜਾਮ ਦਿੰਦੇ ਨੇ